ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੇਸ਼ਮ ਸਿੱਧੂ, ਤੁਸੀਂ ਦੇਖ ਰਹੇ ਹੋ KL ਫਾਸਟ ਨਿਊਜ਼। ਸਰਸਾ ਜ਼ਿਲ੍ਹਾ ਦੇ ਪਿੰਡ ਖੂਈਆਂ ਨੇਪਾਲਪੁਰ ਦੇ ਦੋ ਸਕੇ ਭਰਾਵਾਂ ਦੀ ਕੋਠੀ 'ਚ ਕੁਝ ਅਣਪਛਾਤੇ ਚੋਰਾਂ ਨੇ ਸੇਧਮਾਰੀ ਕਰਦੇ ਹੋਏ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣਿਆਂ 'ਤੇ ਹੱਥ ਸਾਫ਼ ਕੀਤਾ। ਇਸ ਮਾਮਲੇ 'ਚ ਔਡਾ ਥਾਣੇ 'ਚ ਅਣਪਛਾਤੇ ਚੋਰਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪਿੰਡ ਖੂਈਆਂ ਨੇਪਾਲਪੁਰ 'ਚ ਗੁਰਦੀਪ ਸਿੰਘ ਅਤੇ ਸੁਖਦੇਵ ਸਿੰਘ ਦੋਨਾਂ ਭਰਾਵਾਂ ਦੀ ਨਾਲ ਨਾਲ ਕੋਠੀ ਬਣੀ ਹੋਈ। ਉਸੇ ਦੇ ਨਾਲ ਹੀ ਉਹਨਾਂ ਦੇ ਇੱਕ ਭਾਈ ਬਿੰਦਰ ਸਿੰਘ ਜਿਹੜਾ ਆਸਟ੍ਰੇਲੀਆ ਗਿਆ ਹੋਇਆ ਸੀ, ਉਸਦਾ ਪਰਿਵਾਰ ਆਸਟ੍ਰੇਲੀਆ ਰਹਿੰਦਾ, ਇਸ ਕਰਕੇ ਕੁਛ ਮਹੀਨੇ ਪਹਿਲਾਂ ਆਸਟ੍ਰੇਲੀਆ ਚਲਾ ਗਿਆ ਸੀ ਜਿੱਥੇ ਉਹਨਾਂ ਦੀ ਮੌਤ ਹੋ ਗਈ। ਇਸ ਕਰਕੇ ਸੁਖਦੇਵ ਸਿੰਘ ਅਤੇ ਗੁਰਦੀਪ ਸਿੰਘ ਆਪਣੇ ਪਰਿਵਾਰ ਸਮੇਤ ਬਿੰਦਰ ਸਿੰਘ ਦੀ ਕੋਠੀ ਵਿੱਚ ਆਏ ਹੋਏ ਸੀ। ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਵਿੱਚ ਬਿੰਦਰ ਸਿੰਘ ਦੀ ਮੌਤ ਤੋਂ ਬਾਅਦ ਭਾਰਤੀ ਸਮੇਂ ਅਨੁਸਾਰ ਸਵੇਰੇ 4 ਵਜੇ ਉਹ ਅੰਤਿਮ ਸੰਸਕਾਰ ਕੀਤਾ ਜਾਣਾ ਸੀ। ਇਸ ਲਈ ਉਹ ਲਾਈਵ ਪ੍ਰੋਗਰਾਮ ਦੇਖਣ ਲਈ ਬਿੰਦਰ ਸਿੰਘ ਦੀ ਕੋਠੀ ਵਿੱਚ ਹੀ ਮੌਜੂਦ ਸੀ। ਹਾਲਾਂਕਿ ਸੁਖਦੇਵ ਸਿੰਘ ਆਪਣੀ ਕੋਠੀ ਦੇ ਵਿੱਚ ਆ ਕੇ ਸੌਂ ਗਏ ਸੀ ਅਤੇ ਗੁਰਦੀਪ ਸਿੰਘ ਦੀ ਕੋਠੀ ਖਾਲੀ ਸੀ। ਰਾਤ ਨੂੰ ਅਣਪਛਾਤੇ ਚੋਰਾਂ ਨੇ ਕੋਠੀ ਦੇ ਵਿੱਚ ਅੰਦਰ ਆ ਕੇ ਗੁਰਦੀਪ ਸਿੰਘ ਦੇ ਮਕਾਨ 'ਚੋਂ 40-45 ਹਜ਼ਾਰ ਰੁਪਏ ਦੀ ਨਕਦੀ ਅਤੇ ਸੁਖਦੇਵ ਸਿੰਘ ਦੀ ਕੋਠੀ 'ਚੋਂ ਕਰੀਬ 10 ਤੋਲੇ ਸੋਨਾ ਅਤੇ 10 ਤੋਲੇ ਚਾਂਦੀ ਤੋਂ ਇਲਾਵਾ ਕਰੀਬ 50 ਹਜ਼ਾਰ ਰੁਪਏ ਦੀ ਨਕਦੀ ਵੀ ਚੋਰੀ ਕਰ ਲਈ। CCTV ਕੈਮਰੇ 'ਚ ਕੈਦ ਹੋਈਆਂ ਤਸਵੀਰਾਂ ਤੋਂ ਪਤਾ ਲੱਗਦਾ ਕਿ ਕਰੀਬ 11 ਕੁ ਵਜੇ ਚੋਰ ਕੋਠੀ ਦੇ ਵਿੱਚ ਦਾਖਲ ਹੋਏ ਸੀ ਅਤੇ 2:30-3 ਵਜੇ ਤੱਕ ਉਹਨਾਂ ਨੇ ਬੜੇ ਹੀ ਆਰਾਮ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਕਿਹਾ ਜਾ ਰਿਹਾ ਹੈ ਕਿ ਇਹ ਚੋਰੀ ਕਰਨ ਵਾਲੇ ਚੋਰ ਭੇਤੀ ਸੀ, ਜਿਨ੍ਹਾਂ ਨੂੰ ਪਤਾ ਸੀ ਕਿ ਇਹ ਦੋਨੋਂ ਭਾਈ ਆਪਣੀ ਕੋਠੀ ਵਿੱਚ ਸ਼ਾਮਲ ਨਹੀਂ ਆ ਅਤੇ ਬਿੰਦਰ ਸਿੰਘ ਦੀ ਕੋਠੀ ਦੇ ਵਿੱਚ ਇਹ ਪਰਿਵਾਰ ਅੱਜ ਸੁੱਤਾ ਹੈ। ਇਸ ਲਈ ਕੋਠੀ ਖਾਲੀ ਦੇਖ ਕੇ ਅਣਪਛਾਤੇ ਚੋਰਾਂ ਨੇ ਇਹਨਾਂ ਦੋਨਾਂ ਕੋਠੀਆਂ ਨੂੰ ਨਿਸ਼ਾਨਾ ਬਣਾਇਆ। ਸੁਖਦੇਵ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਔਡਾ ਥਾਣੇ 'ਚ ਅਣਪਛਾਤੇ ਚੋਰਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਬਾਅਦ CIA ਸਟਾਫ ਸਮੇਤ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਵੀ ਮੌਕੇ ਦਾ ਮੁਆਇਨਾ ਕੀਤਾ ਗਿਆ।